ਖਬਰ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਅੱਜ ਮੁੜ ਤੋਂ ਪੰਜਾਬ ਫੇਰੀ ਤੇ ਆ ਰਹੇ ਨੇ ਅੱਜ ਉਹਨਾਂ ਦੀ ਮੁੜ ਤੋਂ ਪੰਜਾਬ ਫੇਰੀ ਹੈ ਤੇ ਇਸ ਦੌਰਾਨ ਉਹ ਚੌਥੀ ਗਰੰਟੀ ਜਿਹੜੀ ਹੈ ਉਸ ਦਾ ਐਲਾਨ ਕਰ ਸਕਦੇ ਨੇ ਚੌਥੀ ਗਰੰਟੀ ਜਿਹੜੀ ਹੈ ਮੰਨਿਆ ਜਾ ਰਿਹਾ ਕਿ ਐਸੀ ਭਾਈਚਾਰੇ ਵੀ ਹੋ ਸਕਦੀ ਹੈ ਇਸ ਤੋਂ ਇਲਾਵਾ ਸੀਐਮ ਅਰਵਿੰਦ ਕੇਜਰੀਵਾਲ ਦੇ ਵੱਲੋਂ ਪਹਿਲਾਂ ਦੁਆਬੇ ਖੇਤਰ ਦੇ ਵਿੱਚ ਆ ਕੇ ਜਿਹੜੀ ਮਹਿਲਾਵਾਂ ਨੇ ਉਹਨਾਂ ਦੇ ਨਾਲ ਸੰਵਾਦ ਕੀਤਾ ਜਾਵੇਗਾ ਉਸ ਤੋਂ ਬਾਅਦ ਉਹ ਜਿਹੜੇ ਹੁਸ਼ਿਆਰਪੁਰ ਦੇ ਵਿੱਚ ਜਾਣਗੇ ਅਤੇ ਉੱਥੇ ਜਿਹੜੇ ਐਸੀ ਭਾਈਚਾਰੇ ਨੇ ਉਹਨਾਂ ਲਈ ਜਿਹੜਾ ਚੌਥੀ ਗਰੰਟੀ ਦਾ ਐਲਾਨ ਕਰ ਸਕਦੇ ਨੇ ਤਮਾਮ ਜਾਣਕਾਰੀ ਲਈ ਮੇਰੇ ਲਈ ਮੇਰੇ ਸਹਿਯੋਗੀ ਜਲੰਧਰ ਤੋਂ ਅਮਨ ਜੁੜ ਚੁੱਕੇ ਨੇ ਅਮਨ ਅੱਜ ਜਿਹੜੇ ਸੀਐਮ ਅਰਵਿੰਦ ਕੇਜਰੀਵਾਲ ਆ ਰਹੇ ਨੇ ਉਹਨਾਂ ਦਾ ਮਿਸ਼ਨ ਪੰਜਾਬ ਦਾ ਕੀ ਹੋ ਸਕਦਾ ਹੈ ਮਕਸਦ ਦੇਖੋ ਦਪਾਂਚੂ ਸਿਆਸੀ ਹਲਕਿਆਂ ਦੇ ਵਿੱਚ ਚਰਚਾ ਤਾਂ ਇਹ ਹੈ ਕਿ ਸ਼੍ਰੀਮਤੀ ਕੇਜਰੀਵਾਲ ਦੀ ਵੋਟ ਤਾਂ ਪੰਜਾਬ ਦੇ ਵਿੱਚ ਬਣ ਗਈ ਹੈ ਮੈਨੂੰ ਇਹ ਲੱਗਦਾ ਹੈ ਕਿ ਹੁਣ ਕੇਜਰੀਵਾਲ ਨੂੰ ਘਰ ਵੀ ਇੱਥੇ ਹੀ ਲੈ ਲੈਣਾ ਚਾਹੀਦਾ ਹੈ ਕਿਉਂਕਿ ਲਗਾਤਾਰ ਕਦੀ ਦਿੱਲੀ ਜਾਂਦੇ ਨੇ ਕਦੀ ਪੰਜਾਬ ਦੇ ਦੌਰੇ ਤੇ ਰਹਿੰਦੇ ਨੇ ਅੱਜ ਫਿਰ ਜਿਹੜਾ ਪੰਜਾਬ ਦਾ ਦੌਰਾ ਹੈ ਅਰਵਿੰਦ ਕੇਜਰੀਵਾਲ ਦਾ ਔਰ ਜੇਕਰ ਦੌਰੇ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਤਾਂ ਕਰਤਾਰਪੁਰ ਮਾਵਾਂ ਭੈਣਾਂ ਦੇ ਨਾਲ ਇੱਕ ਜਿਹੜਾ ਹੈ ਵਿਚਾਰ ਚਰਚਾ ਕੀਤੀ ਜਾਵੇਗੀ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਸੀਗਾ ਕਿ ਹਰ ਮਹੀਨੇ ਮਾਵਾਂ ਭੈਣਾਂ ਨੂੰ ਜਿਹੜਾ 1,000 ਰੁਪਇਆ ਮਹੀਨਾ ਦਿੱਤਾ ਜਾਵੇਗਾ ਉਸ ਤੇ ਬਾਬਤ ਦੇਖਣਾ ਚਾਹੁੰਦੇ ਨੇ ਕਿ ਇਸ ਦਾ ਅਸਰ ਕਿੰਨਾ ਕੁ ਦਿਖ ਰਿਹਾ ਹੈ ਕੀ ਮਾਵਾਂ ਭੈਣਾਂ ਖੁਸ਼ ਨੇ ਕਿਉਂਕਿ ਵਿਰੋਧੀਆਂ ਦੇ ਵੱਲੋਂ ਤਾਂ ਲਗਾਤਾਰ ਇੱਥੇ ਤੰਜ ਕੱਸਿਆ ਜਾ ਰਿਹਾ ਔਰ ਇਸ ਤੋਂ ਬਾਅਦ ਹੁਸ਼ਿਆਰਪੁਰ ਦੇ ਵਿੱਚ ਐਸੀ ਭਾਈਚਾਰੇ ਨਾਲ ਮੀਟਿੰਗ ਰੱਖੀ ਗਈ ਹੈ ਬੜਾ ਹੀ ਅਹਿਮ ਦੌਰਾ ਮੰਨਿਆ ਜਾ ਰਿਹਾ ਜਿਸ ਦੌਰਾਨ ਜਿੱਥੇ ਜਦੋਂ ਆਪਾਂ ਸਿਆਸਤ ਦੀ ਗੱਲ ਕਰਦੇ ਹਾਂ ਤਾਂ ਰਾਘਵ ਚੱਡਾ ਵੀ ਆਪਾਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਕਿਸ ਤਰ੍ਹਾਂ ਦੇ ਨਾਲ ਅਰਵਿੰਦ ਕੇਜਰੀਵਾਲ ਦੇ ਹਲਕੇ ਦੇ ਮਾਫ ਕਰਨਾ ਸੀਐਮ ਚੰਨੀ ਦੇ ਹਲਕੇ ਦੇ ਵਿੱਚ ਜਾ ਕੇ ਰੇਤ ਮਾਈਨਿੰਗ ਦੀ ਗੱਲ ਕਰਦੇ ਸੀ ਉਸ ਤੋਂ ਬਾਅਦ ਸੀਐਮ ਚੰਨੀ ਵੀ ਇਹ ਕਹਿੰਦੇ ਨੇ ਕਿ 5.5 ਰੁਪਏ ਕਿਊਬਿਕ ਦੀ ਜਿਹੜੀ ਰੇਤ ਹੈ ਉਹ ਚੱਲ ਰਹੀ ਹੈ ਔਰ ਇਸ ਤਮਾਮ ਜਿਹੜੀਆਂ ਚੀਜ਼ਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਸਰਗਰਮੀ ਹੈ ਹੋਰ ਵੱਧ ਸਕਦੀ ਹੈ ਪੰਜਾਬ ਦੇ ਵਿੱਚ ਔਰ ਅਰਵਿੰਦ ਕੇਜਰੀਵਾਲ ਹੁਣ ਲਗਾਤਾਰ ਪੰਜਾਬ ਦੇ ਦੌਰੇ ਤੇ ਰਹਿਣਗੇ ਕਿਉਂਕਿ ਚੋਣ ਜ਼ਾਬਤੇ ਦੀਆਂ ਚਰਚਾਵਾਂ ਛਿੜ ਚੁੱਕੀਆਂ ਨੇ ਕਿ ਜਲਦੀ ਪੰਜਾਬ ਦੇ ਵਿੱਚ ਚੋਣ ਜ਼ਾਬਤਾ ਲੱਗ ਸਕਦਾ ਹੈ ਔਰ ਆਪਣੀ ਪਾਰਟੀ ਨੂੰ ਜਿੱਤ ਦਿਵਾਉਣ ਦੇ ਲਈ ਅਰਵਿੰਦ ਕੇਜਰੀਵਾਲ ਹੁਣ ਪੰਜਾਬ ਦੇ ਦੌਰੇ ਜਿਹੜੇ ਨੇ ਉਹਨਾਂ ਨੂੰ ਹੋਰ ਜਿਹੜੀ ਸਰਗਰਮੀ ਹੈ ਦੇਖੀ ਜਾ ਸਕਦੀ ਹੈ ਦੌਰੇ ਵੱਧ ਸਕਦੇ ਨੇ ਪਰ ਲਗਾਤਾਰ ਲੋਕ ਚਰਚਾਵਾਂ ਵੀ ਕਰ ਰਹੇ ਨੇ ਕਿ ਜੇਕਰ ਫੈਸਲੇ ਦਿੱਲੀ ਤੋਂ ਹੋਣੇ ਜਿਹੜੇ ਪੰਜਾਬ ਦੇ ਜਿਹੜੇ ਲੀਡਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਜੇਕਰ ਉਹਨਾਂ ਨੇ ਇਹੀ ਵੇਖਣਾ ਹੈ ਕਿ ਅਰਵਿੰਦ ਕੇਜਰੀਵਾਲ ਕਦੋਂ ਦਿੱਲੀ ਤੋਂ ਇੱਥੇ ਆਉਣਗੇ ਕਦੋਂ ਨਵਾਂ ਐਲਾਨ ਕਰਨਗੇ ਤਾਂ ਫਿਰ ਪੰਜਾਬ ਦੇ ਵਿੱਚੋਂ ਪੰਜਾਬ ਦੇ ਲੋਕ ਕੀ ਐਕਸੈਪਟ ਕਰਨਗੇ ਅਮਨ ਜਦੋਂ ਵੀ ਅਰਵਿੰਦ ਕੇਜਰੀਵਾਲ ਆਉਂਦੇ ਨੇ ਤਾਂ ਗਰੰਟੀ ਦੇ ਕੇ ਜਾਂਦੇ ਨੇ ਤੇ ਕੀ ਇਸ ਵਾਰ ਵੀ ਜਿਹੜੀ ਗਰੰਟੀ ਉਹਨਾਂ ਦੇ ਵੱਲੋਂ ਦਿੱਤੀ ਜਾਵੇਗੀ ਮੰਨਿਆ ਜਾ ਰਿਹਾ ਕਿ ਐਸੀ ਭਾਈਚਾਰੇ ਲਈ ਕੋਈ ਵੱਡਾ ਐਲਾਨ ਕਰ ਸਕਦੇ ਨੇ ਹਾਂ ਬਿਲਕੁਲ ਇਹ ਤਾਂ ਪਹਿਲਾਂ ਵੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਗਰੰਟੀਆਂ ਤਾਂ ਦਿੱਤੀਆਂ ਜਾ ਰਹੀਆਂ ਨੇ ਚੋਣ ਲਭਾਵੀ ਇਸ ਨੂੰ ਐਲਾਨ ਕਿਹਾ ਜਾ ਰਿਹਾ ਹੈ ਹੋ ਸਕਦਾ ਹੈ ਕਿ ਇਸ ਵਾਰ ਵੀ ਕੋਈ ਨਵੀਂ ਗਰੰਟੀ ਪੰਜਾਬ ਵਾਸੀਆਂ ਨੂੰ ਦੇਣ ਪਰ ਜਿੱਥੇ ਸਰਗਰਮੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਸਰਗਰਮੀ ਪੰਜਾਬ ਦੇ ਵਿੱਚ ਦੇਖੀ ਜਾ ਰਹੀ ਹੈ ਇੱਕ ਪਾਸੇ ਤਾਂ ਕਾਂਗਰਸ ਜਿਹੜੀ ਹੈ ਉਹ ਆਪਣੇ ਪੈਰ ਵਸਾਰ ਰਹੀ ਹੈ ਕਾਂਗਰਸ ਵੱਡੇ ਵੱਡੇ ਐਲਾਨ ਕਰ ਰਹੀ ਹੈ ਸੀਐਮ ਚੰਨੀ ਦਾਅਵੇ ਕਰ ਰਹੇ ਨੇ ਕਿ ਜੇਕਰ ਉਹਨਾਂ ਨੂੰ ਖਾਜਾ ਹਾਲਾਂਕਿ ਘੱਟ ਸਮਾਂ ਮਿਲਿਆ ਪਰ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਜਿਹੜੇ ਐਲਾਨ ਕਰ ਰਹੇ ਨੇ ਜਿਹੜੇ ਮਸਲੇ ਨੇ ਉਹਨਾਂ ਮਸਲਿਆਂ ਦਾ ਹੱਲ ਕੀਤਾ ਜਾਵੇਗਾ ਬਿਲਕੁਲ ਉਸੇ ਤਰੀਕੇ ਦੇ ਨਾਲ ਆਪੋ ਆਪਣੀ ਪਾਰਟੀ ਨੂੰ ਜਿਤਾਉਣ ਦੇ ਲਈ ਜਿਹੜੇ ਮੁਖੀ ਨੇ ਉਹ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਨੇ ਇਹੀ ਕਾਰਨ ਹੈ ਕਿ ਅਰਵਿੰਦ ਕੇਜਰੀਵਾਲ ਜਿਹੜੇ ਨੇ ਪੰਜਾਬ ਦੌਰੇ ਤੇ ਨੇ ਔਰ ਅੱਜ ਦੁਬਾਰਾ ਤੋਂ ਕੋਈ ਜਿਹੜੀ ਨਵੀਂ ਗਰੰਟੀ ਆ ਪੰਜਾਬ ਵਾਸੀਆਂ ਨੂੰ ਦੇ ਸਕਦੇ ਅਮਨ ਜਿਹੜਾ ਐਸੀ ਦਾ ਐਸੀ ਭਾਈਚਾਰੇ ਦਾ ਗੜ ਮੰਨਿਆ ਜਾਂਦਾ ਹੈ ਜਿਹੜਾ ਦੁਆਬਾ ਖੇਤਰ ਦੇ ਵਿੱਚ ਆ ਕੇ ਐਸੀ ਭਾਈਚਾਰੇ ਨੂੰ ਖੁਸ਼ ਕਰਨਾ ਤਾਂ ਮਤਲਬ ਕਿ ਸੀਐਮ ਕੇਜਰੀਵਾਲ ਵੀ ਉਹੀ ਰਣਨੀਤੀ ਅਪਣਾ ਰਹੇ ਨੇ ਕਿਉਂਕਿ ਜਿਹੜੇ ਸੁਖਬੀਰ ਬਾਦਲ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਦਲਿਤ ਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ ਸੀਐਮ ਚੰਨੀ ਦੇ ਵੱਲੋਂ ਵੀ ਐਲਾਨ ਕੀਤੇ ਗਏ ਸਨ ਕਿ ਵੱਡੀ ਜ਼ਿੰਮੇਵਾਰੀ ਜਿਹੜੀ ਐਸੀ ਭਾਈਚਾਰੇ ਨੂੰ ਦਿੱਤੀ ਜਾ ਸਕਦੀ ਤਾਂ ਹੁਣ ਫਿਰ ਸੀਐਮ ਕੇਜਰੀਵਾਲ ਆ ਰਹੇ ਨੇ ਕਿ ਦਲਿਤ ਭਾਈਚਾਰੇ ਨੂੰ ਲੁਭਾਉਣ ਦੀ ਉਹਨਾਂ ਦੇ ਵੱਲੋਂ ਵੀ ਕੋਸ਼ਿਸ਼ ਹੋਵੇਗੀ ਦੇਖੋ ਵੋਟ ਬੈਂਕ ਨੂੰ ਆਪਣੇ ਵੱਲ ਪ੍ਰਭਾਵਿਤ ਕਰਨਾ ਹੈ ਉਹ ਚਾਹੇ ਕੋਈ ਵੀ ਭਾਈਚਾਰਾ ਹੋਵੇ ਜਿਵੇਂ ਦੁਆਬੇ ਦੀ ਤੁਸੀਂ ਗੱਲ ਕੀਤੀ ਹੈ ਤਾਂ ਵੱਡਾ ਵੋਟ ਬੈਂਕ ਜਿਹੜਾ ਹੈ ਦੁਆਬੇ ਖੇਤਰ ਦੇ ਵਿੱਚ ਐਸੀ ਭਾਈਚਾਰੇ ਦਾ ਹੈਗਾ ਹਾਲਾਂਕਿ ਆਮ ਆਦਮੀ ਪਾਰਟੀ ਥੋੜੀ ਜਿਹਾ ਜਿਸ ਤਰ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਦੇ ਨਾਲ ਗੱਠਜੋੜ ਕੀਤਾ ਦੁਆਬੇ ਦੇ ਵਿੱਚ ਵੱਡਾ ਇਹ ਕਿਹਾ ਜਾ ਰਿਹਾ ਕਿ ਵੱਡਾ ਉਸਨੂੰ ਫਾਇਦਾ ਹੋਵੇਗਾ ਉਸ ਤੋਂ ਬਾਅਦ ਕਾਂਗਰਸ ਨੇ ਐਸੀ ਭਾਈਚਾਰੇ ਦਾ ਸੀਐਮ ਲਗਾ ਕੇ ਇਹ ਕਿਹਾ ਸੀਐਮ ਚੰਨੀ ਤਾਂ ਇਹ ਕਹਿੰਦੇ ਰਹੇ ਕਿ ਬਹੁਜਨ ਸਮਾਜ ਪਾਰਟੀ ਵੀ ਇਹ ਕਹਿੰਦੇ ਨੇ ਰਾਜ ਆਉਣ ਵਾਲਾ ਹੈ ਪਰ ਬਹੁਜਨ ਸਮਾਜ ਪਾਰਟੀ ਦਾ ਕਾਂਗਰਸ ਨੇ ਰਾਜ ਤਾਂ ਲੈ ਕੇ ਹੀ ਆ ਰਿਹਾ ਹੈ ਲੈ ਕੇ ਆਉਂਦਾ ਹੈ ਇਸ ਤਰੀਕੇ ਦੇ ਨਾਲ ਜੇਕਰ ਸਿਆਸੀ ਤੌਰ ਤੇ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਇਸ ਪੱਖੋਂ ਤਾਂ ਥੋੜੀ ਪਛੜ ਰਹੀ ਹੈ ਹੁਣ ਅੱਜ ਕਿਤੇ ਨਾ ਕਿਤੇ ਦੇਖਿਆ ਜਾ ਸਕਦਾ ਹੈ ਜੋ ਚਰਚਾਵਾਂ ਨੇ ਕਿ ਐਸੀ ਭਾਈਚਾਰੇ ਦੇ ਲਈ ਵੀ ਕੋਈ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਆ ਕੇ ਕੋਈ ਵੱਡਾ ਐਲਾਨ ਕਰ ਸਕਦੇ ਤਮਾਮ ਜਾਣਕਾਰੀ ਲਈ ਸ਼ੁਕਰੀਆ ਅਮਨ
ਸੋ ਅਰਵਿੰਦ ਕੇਜਰੀਵਾਲ ਪੰਜਾਬ ਫੇਰੀ 'ਤੇ ਆ ਰਹੇ ਨੇ, ਜਲੰਧਰ ਦੇ ਵਿੱਚ, ਜਲੰਧਰ ਦੇ ਕਰਤਾਰਪੁਰ ਦੇ ਵਿੱਚ ਥੋੜ੍ਹੀ ਹੀ ਦੇਰ ਦੇ ਵਿੱਚ ਪਹੁੰਚਣਗੇ। ਇਸ ਤੋਂ ਪਹਿਲਾਂ ਅੰਮ੍ਰਿਤਸਰ ਏਅਰਪੋਰਟ 'ਤੇ ਉਹ ਪਹੁੰਚਣਗੇ ਅਤੇ ਉਹਨਾਂ ਦੇ ਨਾਲ ਆਮ ਦੀ ਜਿਹੜੀ ਲੀਡਰਸ਼ਿਪ ਆ ਉਹ ਵੀ ਮੌਜੂਦ ਰਹੇਗੀ, ਭਗਵੰਤ ਮਾਨ ਵੀ ਨਾਲ ਹੋ ਸਕਦੇ ਨੇ। ਇਸ ਤੋਂ ਇਲਾਵਾ ਜਲੰਧਰ ਦੇ ਕਰਤਾਰਪੁਰ ਪਹੁੰਚ ਕੇ ਉਹਨਾਂ ਦੇ ਵੱਲੋਂ ਵੱਡੇ ਐਲਾਨ ਜਿਹੜੇ ਨੇ ਉਹ ਕੀਤੇ ਜਾ ਸਕਦੇ ਨੇ। ਐਸੀ ਭਾਈਚਾਰੇ ਨੂੰ ਲਵਾਉਣ ਲਈ ਅੱਜ ਸੀਐਮ ਅਰਵਿੰਦ ਕੇਜਰੀਵਾਲ ਦੇ ਵੱਲੋਂ ਕੋਈ ਵੱਡੇ ਐਲਾਨ ਦੀ ਜਿਹੜੀ ਹੈ ਉਹ ਜਾਣਕਾਰੀ ਸਾਹਮਣੇ ਆ ਰਹੀ ਹੈ, ਕੋਈ ਵੱਡਾ ਐਲਾਨ ਉਹਨਾਂ ਦੇ ਵੱਲੋਂ ਕੀਤਾ ਜਾ ਸਕਦਾ ਹੈ। ਤਮਾਮ ਜਾਣਕਾਰੀ ਲਈ ਜੁੜੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ।